ਸ਼੍ਰੀਕਾਲ ਜੀ ਸਾਰਿਆਂ ਨੂੰ। ਖੋਲੀ ਸੀਗੀ ਰੇਸ ਟਰੈਕਟਰ, ਦੇਖਦੇ ਹਾਂ ਇਹਨੂੰ ਸੜਕ ਤੇ ਪਤਾ ਲੱਗੂਗਾ ਕਿੰਨੇ ਕਦੇ ਭੱਜਦਾ ਇਹ। RPM ਵਧਾਉਣੇ ਪਏ ਨੀ, ਉਹ ਗਾਂਹ ਨੀ ਜਾਂਦੀ ਸੀਗਾ, ਸਿਰੇ ਨੀ ਲੱਗਦਾ ਜੀ, ਹਲੇ ਵੀ ਨੀ ਲੱਗਦਾ। ਰਾਡ ਖੋਲਣੀ ਪੈਂਦੀ ਆ, ਫਿਰ ਆਰ ਉਹ ਵੱਧ ਜਾਂਦੇ ਆ RPM, ਚੋਕ ਰੇਸ ਵੱਧ ਜਾਂਦੀ ਆ। ਸੜਕ ਤੇ ਦੇਖਦੇ ਹਾਂ ਕਿੰਨਾ ਕੁ ਭੱਜਦਾ ਇਹ। ਇੱਕ ਤਾਂ ਜਿਹੜਾ ਮੀਟਰ ਹੈ ਇਹ 2400 ਤੇ ਇਹਨਾਂ ਨੇ ਲੋਕ ਕੀਤਾ ਹੋਇਆ, ਉਦੋਂ ਗਾਂ ਸੂਈ ਜਾਂਦੀ ਨਹੀਂ। ਇਹ ਵੀ ਪੰਗਾ ਪਤਾ ਨਹੀਂ ਲੱਗਦਾ ਕਿੰਨੇ ਦੇ ਭੱਜਦਾ ਇਹ। ਇੱਕ ਐਪ ਜੀ ਭਰੀ ਆ, ਹੋਰ ਸਾਊਂਡ ਨਾਲ ਪਤਾ ਲੱਗਦਾ, ਇੰਜਣ ਸਾਊਂਡ ਨਾਲ ਕਿੰਨੇ RPM ਹੋ ਗਏ, ਉਹ ਦੇਖੂੰਗਾ ਲਾ ਕੇ। ਸਾਫ ਕਰ ਦਈਏ, ਪਰ ਇਹਦੇ RPM ਇਹਦੇ ਹੁਣ ਚੋਕ ਦੇ ਆ ਦੇ ਥੱਲੇ ਨਹੀਂ ਜਾਂਦੇ। ਦੇਖਦੇ ਆ ਹੁਣ ਭਜਾ ਕੇ ਸੜਕ ਤੇ, 2400 ਤੋਂ ਗਾਂਹ ਜਾਂਦੀ ਆ ਸੂਈ। ਨਹੀਂ ਜਾਂਦੀ ਨੀ 2400 ਤੇ, ਇਹ ਲੋਕ ਆ 2400 ਤੇ। ਮੈਂ ਡਿਜੀਟਲ ਮੀਟਰ ਨਾਲ ਨਾਪਿਆ ਸੀ, 45 ਦੱਸਦਾ, ਉਹ 45 ਕਿਲੋ ਇਹ ਡਿਜੀਟਲ ਤੇ। ਦੂਜੇ ਜੇ ਮੋਟਰਸਾਈਕਲ ਨਾਲ ਨਾਪੀਏ, ਮੋਟਰਸਾਈਕਲ 5 ਕਿਲੋਮੀਟਰ ਵੱਧ ਦੱਸਦਾ ਹੁੰਦਾ, ਉਹ ਸਹੀ ਹੁੰਦੀ ਆ, ਮਤਲਬ ਇਹ 50-52 ਤੇ ਜਾਂਦਾ ਹੋਊ। ਇਹਦਾ ਖੁੱਲਿਆ ਹੋਇਆ ਇਸ ਟਾਈਮ 25-26 ਕੁ ਸੌ ਚੱਕਰ ਖੁੱਲਿਆ ਹੋਇਆ ਇਹਦਾ, 26 ਕੁ ਸੌ ਤੇ ਜਾਂਦਾ 50-52 ਤੇ। ਜਿਹੜੀ ਰਾਡ ਆ ਉਹ ਲੱਗਦੀ ਨਹੀਂ ਨਾਲ ਜਾ ਕੇ ਨੱਟ ਤੇ, ਤਾਂ ਨਹੀਂ ਰੇਸ ਆਉਂਦੀ ਪੂਰੀ। ਥੱਲੇ ਖੋਲਣ ਵਾਲੀ ਵੀ ਬਹੁਤ ਪਈ ਆ, 60 ਕੁ ਤੱਕ ਜਾਊਗਾ ਮਸਾਂ ਬਸ ਸਾਰੀ ਖੋਲੀ ਤੇ ਵੀ। ਜੇ ਆਪਾਂ ਸਪਰਿੰਗ ਦੂਜਾ ਪਵਾਉਂਦੇ ਹਾਂ, ਨਾਰਮਲ ਸਪਰਿੰਗ, ਉਹਦੇ ਨਾਲ ਫਿਰ ਚੱਕਰ ਬਹੁਤ ਖੁੱਲੇ ਜਾਂਦੇ ਆ ਉਹ, ਪਰ ਠੀਕ ਨਹੀਂ ਫਿਰ ਬਾਹਲੇ ਹੋ ਜਾਂਦੇ ਆ, ਇੰਜਣ ਦਾ ਨੁਕਸਾਨ ਵੀ ਹੋ ਸਕਦਾ। ਆਹ ਹਾਰਡ ਸਪਰਿੰਗ ਹੀ ਵਧੀਆ, 3000 ਤੱਕ ਵੀ ਜਾਂਦਾ ਹੋਵੇ ਬਹੁਤ ਆ, ਬਸ 60 ਦੀ ਸਪੀਡ ਵੀ ਵਾਧੂ ਹੁੰਦੀ ਆ। ਹੁਣ ਆ ਚੱਕਰਾਂ ਦਾ ਨਹੀਂ ਪਤਾ ਲੱਗਦਾ, ਇੱਕ ਦੇਖਦਾ ਉਹ ਦੂਜੀ ਐਪ ਜੀ ਚਲਾ ਕੇ ਜਿਹੜੀ ਸਾਊਂਡ ਦੇ ਨਾਲ ਦੱਸਦੀ ਆ RPM, ਉਹ ਦੇਖਦਾ ਚਲਾ ਕੇ।